ਕਿਸਾਨ ਵੀਰੋ ਰਾਮ ਰਾਮ, ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਦਾ। ਟਰੈਕਟਰ ਸਹਾਇਣਾ ਖੇਤੀ ਟੈਕ ਚੈਨਲ 'ਤੇ ਮੋਸਟ ਵੈਲਕਮ ਆ। ਅਤੇ ਕਿਸਾਨ ਵੀਰੋ, ਜੋ ਆਪਣੀ ਅੱਜ ਦੀ ਵੀਡੀਓ ਹੈ, ਮਹਿੰਦਰਾ 275 DI XP ਪਲੱਸ 2022 ਮਾਡਲ ਹੈ ਕਿਸਾਨ ਵੀਰੋ। ਮੈਂ ਦਿਖਾ ਦਿੰਦਾ, ਇਹ ਦੇਖ ਸਕਦੇ ਹੋ, ਮੰਥ ਐਂਡ ਈਅਰ ਆਫ ਮੈਨੂਫੈਕਚਰਿੰਗ ਫਰਵਰੀ 2022 ਦਾ ਕਿਸਾਨ ਵੀਰੋ ਮੈਨੂਫੈਕਚਰਿੰਗ ਹੈ ਟਰੈਕਟਰ। ਅਤੇ 37 HP ਦਾ ਟਰੈਕਟਰ ਹੈ, 2 ਸਪੀਡ ਦੇ ਨਾਲ ਆ, ਲੋ ਹਾਈ ਦੇ ਨਾਲ। ਅਤੇ ਕਿਸਾਨ ਵੀਰੋ, ਇਹਦੀ ਅੱਜ ਟੈਸਟ ਰਾਈਡ ਲਵਾਂਗੇ, ਚਲਾ ਕੇ ਚੈੱਕ ਕਰਾਂਗੇ ਟਰੈਕਟਰ। ਅਤੇ ਟੈਸਟ ਰਾਈਡ ਆਪਾਂ ਚਾਲੂ ਕਰ ਲੈਂਦੇ ਹਾਂ ਕਿਸਾਨ ਵੀਰੋ, ਫਿਰ ਫੜੋ ਭਾਅ ਜੀ ਅਤੇ ਚਲਾ ਕੇ ਦੇਖਦੇ ਹਾਂ ਕਿਸਾਨ ਵੀਰੋ। ਕਿਸਾਨ ਵੀਰੋ, ਟਰੈਕਟਰ ਪਾਸ ਆ, ਮੀਨਿੰਗ ਮੇਰੇ ਖਿਆਲ ਨਾਲ ਤਾਂ 37 HP ਆ, 13/6/28 ਦੇ ਬੈਕ ਟਾਇਰ। ਹੋਰ ਕਿਆ ਲੈਣਾ ਕਿਸਾਨ ਵੀਰੋ, ਮੈਂ ਇਹਦਾ ਬ੍ਰੇਕ ਟੈਸਟ ਵੀ ਕੀਤਾ, ਬ੍ਰੇਕਾਂ ਵੀ ਕਾਫੀ ਜ਼ਬਰਦਸਤ ਆ। ਅਤੇ ਹੁਣ ਮੈਂ ਇਹਦਾ ਦੂਜੇ ਲੋਅ 'ਚ ਪਾ ਕੇ ਦੋਨੇ ਬ੍ਰੇਕਾਂ ਮਾਰੀਆਂ ਸੀ ਕਿਸਾਨ ਵੀਰੋ, ਫੁੱਲ ਡਿਸਕ ਬ੍ਰੇਕ ਆ। ਟਰੈਕਟਰ ਫਿਰ ਵੀ ਲੈ ਗਿਆ ਕਿਸਾਨ ਵੀਰੋ, ਤੂੰ ਕਹਿੰਦੇ ਬੈਗ ਵੀ ਲੈ ਗਿਆ, ਕਹਿੰਦਾ ਮੀਨਿੰਗ ਵੀ ਟੋਰਕ ਕਾਫੀ ਜ਼ਿਆਦਾ, ਇਹ ਨਹੀਂ ਆ ਵੀ ਟੋਰਕ ਵਗੈਰਾ ਘੱਟ ਹੈ ਤਾਂ ਟਰੈਕਟਰ ਦੱਬੇਗਾ, ਦੱਬਾ ਦੁੱਬਣ ਵਾਲਾ ਕੋਈ ਚੱਕਰ ਨਹੀਂ ਆ।
ਬਾਕੀ ਤਾਂ ਖੇਤ 'ਚ ਚਲਾ ਕੇ ਕਿਸਾਨ ਵੀਰੋ ਪਤਾ ਚੱਲਦਾ, ਪਰ ਜਿੱਦਾਂ ਲੱਗਦਾ ਮੇਰੇ ਖਿਆਲ ਨਾਲ ਜਿਹੜੇ ਇਹ ਕਿਸਾਨ ਵੀਰੋ ਇਨਲਾਈਨ ਪੰਪ ਹਨ, ਇਹਦੀ ਸਭ ਤੋਂ ਵੱਡੀ ਖਾਸੀਅਤ ਇਹੀ ਆ ਇਹ ਦਬਦੇ ਘੱਟ ਹੈ ਟਰੈਕਟਰ, ਮੀਨਿੰਗ ਕਿ ਜਿੱਥੇ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਪੈਂਦੀ ਹੈ ਜ਼ੋਰ ਦੀ, ਥੋੜ੍ਹਾ ਤੇਲ ਜ਼ਿਆਦਾ ਜਾਂਦਾ, ਧੂੰਏ ਦਾ ਫੁਆਕਾ ਆਉਂਦਾ ਤਾਂ ਨਿਕਲ ਜਾਂਦਾ, ਅਤੇ ਬਾਕੀ ਜਿਹੜੇ ਦੂਸਰੇ ਪੰਪ ਹੈ ਕਈ ਰੂਟਰੀ ਰਾਟਰੀ ਉਹ ਥੋੜ੍ਹੇ ਦੱਬ ਜਾਂਦੇ ਆ ਕਿਸਾਨ ਵੀਰੋ, ਇਹਦੀ ਇਹੋ ਹੀ ਵਧੀਆ ਗੱਲ ਆ, ਸਭ ਤੋਂ ਦੱਬਦੇ ਨਹੀਂ ਇਹ ਟਰੈਕਟਰ ਜਿਹੜੇ ਇਹ ਪੰਪ ਲਗਾ ਜਾਂਦੇ ਜੀ, ਅਤੇ ਬਾਕੀ ਵਧੀਆ ਕਿਸਾਨ ਵੀਰੋ 37HP 'ਚ ਛੋਟੇ ਕਿਸਾਨ ਜਿਨ੍ਹਾਂ ਨੂੰ ਛੋਟੇ ਮੋਟੇ ਕੰਮ ਕਰਨੇ ਆਪਣੇ ਥੋੜ੍ਹੀ ਖੇਤੀ ਵਾਲੀ ਆ, ਪੁਰਾਣਾ ਲੈਣ ਨਾਲੋਂ ਇੱਕ ਵਾਰੀ ਔਖੇ ਸੌਖੇ ਹੋ ਕੇ ਨਵਾਂ ਲੈ ਆੜੋ ਕਿਸਾਨ ਵੀਰੋ, ਦਾਦਾ ਲਏਗਾ ਤਾਂ ਪੋਤਾ ਚਲਾਏਗਾ ਬਾਅਦ 'ਚ, ਵਧੀਆ ਟਰੈਕਟਰ ਹੈ ਕਿਸਾਨ ਵੀਰੋ ਇਹਦਾ, ਕਿਸਾਨ ਵੀਰੋ ਸੈਂਸਰ ਹੈ ਦੇਖ ਸਕਦੇ ਹੋ, ਜੇ ਓਇਲ ਪ੍ਰੈਸ਼ਰ ਹੁੰਦਾ ਇੰਜਨ ਦਾ ਮੂਵ ਲੈ ਲਾ ਪ੍ਰੈਸ਼ਰ ਉਹਦਾ ਸੈਂਸਰ ਆ, ਅਤੇ ਮੈਂ ਆਸ਼ਾ ਕਰਦਾ ਵੀਡੀਓ ਵਧੀਆ ਲੱਗੀ ਹੋਏਗੀ, ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸਾਨ ਵੀਰੋ, ਮਿਲਾਂਗੇ ਫਿਰ ਕਿਸੇ ਨਵੀਂ ਵੀਡੀਓ 'ਚ ਨਵੇਂ ਟਰੈਕਟਰ ਨਾਲ, ਰਾਮ ਰਾਮ, ਸਤਿ ਸ਼੍ਰੀ ਅਕਾਲ।